ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਐਸਜੀਪੀਸੀ ਦੇ ਚੁਣੇ ਗਏ ਕਾਰਜਕਾਰੀ ਮੈਂਬਰ ਭੁਪਿੰਦਰ ਸਿੰਘ ਭਲਵਾਨ ਦੇ ਸਨਮਾਨ ਸਮਾਰੋਹ ਵਿੱਚ ਸੰਗਰੂਰ ਦੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਗੋਬਿੰਦ ਸਿੰਘ ਲੌਂਗੋਵਾਲ ਅਤੇ ਭੁਪਿੰਦਰ ਸਿੰਘ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਨੂੰ ਅਹਿਮ ਪਦ ਦੇਣ ਲਈ ਵੀ ਧੰਨਵਾਦ ਕੀਤਾ। ਇਸ ਮੌਕੇ ਤੇ ਗੋਬਿੰਦ ਸਿੰਘ ਲੌਂਗੋਵਾਲ ਨੇ ਭਰੋਸਾ ਦਿਵਾਇਆ ਕਿ ਐਸਜੀਪੀਸੀ ਵੱਲੋਂ ਨੌਕਰੀ ਤੋਂ ਕੱਢੇ ਗਏ ਮੁਲਾਜ਼ਮਾਂ ਦਾ ਜਲਦੀ ਹੱਲ ਕੀਤਾ ਜਾਵੇਗਾ। 4 ਲੱਖ ਤੋਂ ਵੱਧ ਰੁਜ਼ਗਾਰ ਦੇਣ ਦੀ ਗੱਲ ਕਰ ਰਹੀ ਹੈ ਪੰਜਾਬ ਸਰਕਾਰ, ਕੀ ਕਹਿਣਾ ਚਾਹੁੰਦੇ ਹੋ? ਅੱਜ ਤੱਕ ਤਾਂ ਕੋਈ ਰੁਜ਼ਗਾਰ ਦਿੱਤਾ ਨਹੀਂ। ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਜਿਹੜੇ ਰੁਜ਼ਗਾਰ ਕਾਲਜਾਂ ਦੇ ਰਾਹੀਂ ਜੋ ਕੈਂਪ ਲੱਗ ਕੇ ਪਹਿਲਾਂ ਤੋਂ ਚੱਲ ਰਿਹਾ ਹੈ, ਜਦੀ ਜਿਹੜੇ ਕਾਲਜ ਸਥਾਪਿਤ ਹੋਏ ਨੇ, ਕੋਈ ਵੀ ਕਾਲਜ ਹੈ, ਖਾਸ ਤੌਰ 'ਤੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਜੋ ਜੋਬ ਫੇਅਰ ਲੱਗਦੇ ਨੇ, ਉੱਥੇ ਪਹਿਲਾਂ ਵੀ ਰੁਜ਼ਗਾਰ ਮਿਲਦਾ ਹੈ, ਪਰ ਉੱਥੇ ਵੀ ਜਾ ਕੇ ਜਿਹੜਾ ਹੈ ਜਾਂ ਸਰਕਾਰ ਆਪਦੀ ਮੋਹਰ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਉਹ ਸਰਕਾਰ ਦੀ ਅਸਫਲਤਾ ਦਾ ਪ੍ਰਤੀਕ ਹੈ ਵੀ ਆਪ ਸਰਕਾਰ ਸਰਕਾਰੀ ਆਪਦੇ ਕਾਲਜਾਂ ਦੇ ਵਿੱਚ, ਆਪਦੇ ਸਰਕਾਰੀ ਅਦਾਰਿਆਂ ਦੇ ਵਿੱਚ ਤਾਂ ਇਹੋ ਜਿਹੇ ਜੋਬ ਫੇਅਰ ਲਾਉਣ ਦੀ ਸਮਰੱਥਾ ਨਹੀਂ ਉਹਨਾਂ ਦੀ। ਉਹ ਜਾ ਕੇ ਪ੍ਰਾਈਵੇਟ ਕਾਲਜਾਂ 'ਤੇ ਜਿਹੜਾ ਹੈ ਜੋਬ ਫੇਅਰਸ ਦੇ ਵਿੱਚ ਜਾ ਕੇ ਆਪਦੀ ਮੋਹਰ ਲਾ ਰਹੇ ਨੇ। ਇਹ ਅਸਲ ਦੇ ਵਿੱਚ ਮੈਂ ਸਮਝਦਾ ਉਹਨਾਂ ਦੀ ਸਭ ਤੋਂ ਵੱਡੀ ਅਸਫਲਤਾ ਦਾ ਪ੍ਰਤੀਕ ਹੈ। ਕਿਸਾਨ ਸੁਸਾਈਡ ਲਗਾਤਾਰ ਵੱਧਦੇ ਜਾ ਰਹੇ ਨੇ ਜੀ, ਮਤਲਬ ਕੋਈ ਵਰਗੀ ਖੁਸ਼ ਨਹੀਂ ਸਰਕਾਰ ਤੋਂ, ਕਿਸਾਨਾਂ ਦਾ ਕੋਈ ਜਿਹੜਾ ਮੰਗ ਅੱਜ ਤੱਕ ਇਹਨਾਂ ਨੇ ਪੂਰੀ ਨਹੀਂ ਕੀਤੀ, ਕਿਸਾਨਾਂ ਨੂੰ ਸਮਾਂ ਤੰਗ ਹੀ ਕੀਤਾ। ਆਹ ਤੁਸੀਂ ਦੇਖ ਲਓ ਕੀ ਹਾਲ ਹੋਇਆ ਇਸ ਸਾਲ, ਕਿਵੇਂ ਜਿਹੜੀ ਹੈ ਜੀਰੀ ਰੁਲੀ ਹੈ ਮੰਡੀਆਂ ਦੇ ਵਿੱਚ, ਕਿਸ ਤਰੀਕੇ ਨਾਲ ਇਹਨਾਂ ਨੇ ਥੋੜ੍ਹੇ ਜਿਹੇ ਪੈਸੇ ਦੇ ਲਾਲਚ ਦੇ ਵਿੱਚ ਪਹਿਲਾਂ ਫਸਲ ਦੀ ਦੇਰੀ ਕਰੀ, ਉਹਦੇ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ, ਝਾੜ ਘਟਿਆ, ਫਿਰ ਆ ਗੰਨੇ ਦੇ ਜਿਹੜੇ ਉਤਪਾਦਕ ਨੇ ਅੱਜ ਉਹ ਸੜਕਾਂ 'ਤੇ ਉਤਰੇ ਹੋਏ ਨੇ, ਕੋਈ ਕਰਜ਼ਾ ਮਾਫ਼ੀ ਦੀ ਕੋਈ ਗੱਲ ਨਹੀਂ। ਇਸੇ ਤਰ੍ਹਾਂ ਦਲਿਤ ਵਰਗ ਦੀਆਂ ਸਕੀਮਾਂ ਸਾਰੀਆਂ ਬੰਦ ਪਈਆਂ, ਸਕੋਲਰਸ਼ਿਪ ਸਕੀਮਾਂ ਸਾਰੀਆਂ ਬੰਦ ਪਈਆਂ ਦਲਿਤਾਂ ਦੀਆਂ, ਫਿਰ ਮੁਲਾਜ਼ਮ ਜਿਹੜਾ ਉਹ ਸੜਕਾਂ 'ਤੇ ਆਏ ਹੋਏ ਨੇ। ਦੱਸੋ ਕਿਹੜਾ ਵਰਗ ਖੁਸ਼ ਹੈ? ਇੱਕ ਵੀ ਵਰਗ ਜਿਹੜਾ ਹੈ ਉਹ ਸਰਕਾਰ ਤੋਂ ਖੁਸ਼ ਨਹੀਂ ਹੈ। ਇਹ ਤਾਂ ਸਰਕਾਰ ਤਾਂ ਹੀ ਜਿਹੜਾ ਲੋਕਾਂ ਦਾ ਮਨ ਭੜਕਾਉਣ ਲਈ ਇੱਧਰ ਉੱਧਰ ਦੀਆਂ ਗੱਲਾਂ, ਹੋਰ ਜਿਹੜੇ ਮੁੱਦੇ ਨੇ ਉਹਨਾਂ ਨੂੰ ਚੱਕਣ ਦੀ ਕੋਸ਼ਿਸ਼ ਕਰਦੀ ਹੈ ਤਾਂ ਕਿ ਉਹਨਾਂ ਦੀਆਂ ਸਫਲਤਾਵਾਂ ਤੋਂ ਲੋਕਾਂ ਦਾ ਮਨ ਭੜਕੇ। ਅੱਜ ਸਨਮਾਨ ਕੀਤਾ ਹੈਗਾ ਤੁਸੀਂ ਲੌਂਗੋਵਾਲ ਸਾਹਿਬ ਦਾ, ਦੂਸਰੀ ਵਾਰ ਭੁਪਿੰਦਰ ਜੀ ਬਣੇ ਨੇ ਹੈਗੇ, ਦੂਸਰੀ ਵਾਰ ਐਗਜ਼ੈਕਟਿਵ ਦੇ ਮੈਂਬਰ, ਕੀ ਕਹਿਣਾ ਚਾਹੁੰਦੇ ਇਸ ਮੌਕੇ? ਅਸੀਂ ਪਾਰਟੀ ਲੀਡਰਸ਼ਿਪ ਦਾ ਅਤੇ ਸਾਰੇ ਹੀ ਐਸਜੀਪੀਸੀ ਦੇ ਮੈਂਬਰ ਸਾਹਿਬਾਨਾਂ ਦਾ ਧੰਨਵਾਦ ਕਰਦੇ ਹਾਂ ਜਿਹੜਾ ਦੂਜੀ ਵਾਰ ਸਾਡੇ ਜ਼ਿਲ੍ਹੇ ਨੂੰ ਮਾਣ ਦਿੱਤਾ ਹੈ, ਅਤੇ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਸਾਹਿਬ ਨੂੰ ਉਹਨਾਂ ਨੇ ਪ੍ਰਧਾਨ ਚੁਣਿਆ, ਅਤੇ ਇਸ ਇਤਿਹਾਸਿਕ ਵਰ੍ਹੇ ਦੇ ਵਿੱਚ ਜਦ ਆਪਾਂ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਸਾਲਾ ਉਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਹੇ ਹਾਂ, ਉਹਦੀ ਜਿਹੜੀ ਅਹਿਮੀਅਤ ਹੈ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਵਾਈ ਦੇ ਵਿੱਚ ਹੀ ਇਹ ਜਿਹੜੇ ਸਾਰੇ ਜਸ਼ਨ ਮਨਾਏ ਜਾਣੇ ਆ। ਸੋ ਅਸੀਂ ਤਾਂ ਕੋਟ ਅਨ ਕੋਟ ਧੰਨਵਾਦ ਵੀ ਕਰਦੇ ਹਾਂ ਸੰਗਤ ਦਾ ਵੀ, ਐਸਜੀਪੀਸੀ ਦਾ ਵੀ, ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਦਾ, ਜਿਨ੍ਹਾਂ ਨੇ ਸਾਡੇ ਜ਼ਿਲ੍ਹੇ ਨੂੰ ਇਹ ਮਾਣ ਦਿੱਤਾ। ਤੁਸੀਂ ਹੁਣ ਜੋ ਖੇਡਾਂ ਦਾ ਉਦਘਾਟਨ ਕਰਨ ਜਾ ਰਹੇ ਹੋ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਕਿਸੇ ਨੂੰ ਇਹ ਤਾਂ ਸਿਆਸਤ ਨਹੀਂ ਕਰਨੀ ਵੱਲੋਂ ਇਸ ਨੂੰ ਗੁਗਲੀ ਦੱਸਿਆ ਗਿਆ ਇਮਰਾਨ ਖਾਨ ਦੀ, ਜਦੋਂ ਕਿ ਇੱਕ ਨਿਰੋਲ ਧਾਰਮਿਕ ਸਮਾਗਮ ਸੀ ਜਿਸ ਦਿਨ ਮੈਂ ਵੀ, ਮੈਨੂੰ ਬੜਾ ਇਤਿਹਾਸਿਕ ਪਲਾਂ ਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਮੈਂ ਆਪਣੇ ਆਪ ਨੂੰ ਬਹੁਤ ਭਾਗਾਸ਼ਾਲੀ ਸਮਝਦਾ ਕਿ ਮੈਂ ਵੀ ਉੱਥੇ ਗਿਆ ਸੀ, ਲੇਕਿਨ ਉਸ ਦਿਨ ਜਿਹੜਾ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਸੀ ਇਮਰਾਨ ਖਾਨ ਦੀ ਸਪੀਚ ਮੈਂ ਵੀ ਸੁਣੀ ਸੀ, ਉਹਨੇ ਤਾਂ ਉਸ ਵੇਲੇ ਦਾ ਬਹੁਤ ਵਧੀਆ ਪੋਜ਼ਿਟਿਵ ਗੱਲਾਂ ਕੀਤੀਆਂ ਸੀਆਂ ਕਿ ਜੇ ਅਸੀਂ ਜੇ ਹਿੰਦੁਸਤਾਨ ਇੱਕ ਕਦਮ ਅੱਗੇ ਆ ਗਿਆ ਤਾਂ ਅਸੀਂ 2 ਕਦਮ ਅੱਗੇ ਜਾਵਾਂਗੇ। ਤੋ ਇਹ ਗੱਲ ਕਿ ਮੈਂ ਸਮਝਦਾ ਕਿ ਇਹ ਸਤਿਗੁਰੂ ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਸੁਧਾਰ ਜਿਹੜੇ ਆਪ ਸੰਬੰਧ ਨੇ ਵਧੀਆ ਬਣਨ।
ਸੋ ਗੁਰੂ ਕਿਰਪਾ ਕਰਨ ਇਹ ਲਾਂਘੇ ਦੇ ਨਾਲ ਸੰਬੰਧ ਵੀ ਜਦੋਂ ਲਾਂਘਾ ਚੱਲ ਸ਼ੁਰੂ ਹੋ ਗਿਆ, ਸੰਗਤਾਂ ਜਾਣੀਆਂ ਸ਼ੁਰੂ ਹੋ ਗਈਆਂ, ਜਿੱਥੇ ਮੈਂ ਸਮਝਦਾ ਅਮਨ ਸ਼ਾਂਤੀ ਆਏਗੀ, ਦੋਨਾਂ ਦੇਸ਼ਾਂ ਦੇ ਸੰਬੰਧ ਚੰਗੇ ਬਣਨਗੇ ਔਰ ਦੋਨਾਂ ਦੇਸ਼ਾਂ ਦੇ ਵਿੱਚ ਖੁਸ਼ਹਾਲੀ ਵੀ ਆਏਗੀ। ਗੋਪਾਲ ਚਾਵਲਾ ਨਾਲ ਤੁਹਾਡੀ ਫੋਟੋ ਜਿਹੜੀ ਮਹਿਜ਼ ਇਤਫਾਕ ਹੈ ਜਾਂ ਉਹਨਾਂ ਨਾਲ ਤੁਹਾਡੀ ਕੋਈ ਗੱਲ ਹੋਈ ਸੀ? ਬਿਲਕੁਲ ਕੋਈ ਗੱਲ ਨਹੀਂ ਹੋਈ, ਮੈਂ ਉਹਨਾਂ ਦਾ ਜਾਣਦਾ ਤੱਕ ਨਹੀਂ ਔਰ ਮੇਰੀ ਕੋਈ ਉਹਨਾਂ ਜਾਣ ਪਛਾਣ ਨਹੀਂ, ਕੋਈ ਗੱਲ ਨਹੀਂ ਹੋਈ। ਅਸੀਂ ਤਾਂ ਉਹਨਾਂ ਦੇ ਮਹਿਮਾਨ ਸੀ ਪਾਕਿਸਤਾਨ ਦੇ, ਕਿਉਂਕਿ ਉਹਨਾਂ ਨੇ ਸਾਨੂੰ ਬੁਲਾਇਆ ਸੀ, ਜਿੱਥੇ ਕਿਤੇ ਵੀ ਉਹਨਾਂ ਨੇ ਸਾਨੂੰ ਬਿਠਾਇਆ ਸੀ ਉੱਥੇ ਬੈਠ ਗਏ। ਮੈਨੂੰ ਨਹੀਂ ਪਤਾ ਵੀ ਕਿਹੜਾ ਚਾਵਲਾ ਹੈ, ਕਿ ਕੌਣ ਹੈ ਕੌਣ ਨਹੀਂ, ਇੱਕ ਪਤਾ ਨਹੀਂ ਕਿਉਂ ਐਵੇਂ ਇਸ ਗੱਲ ਨੂੰ ਬਹੁਤ ਜ਼ਿਆਦਾ ਫੈਲਾਇਆ ਗਿਆ। SGPC ਵੱਲੋਂ ਜਿਹੜੇ ਮੁਲਾਜ਼ਮ ਕੱਢੇ ਗਏ ਸੀ ਲੰਗੋਵਾਲ ਸਾਹਿਬ, ਉਹ ਸੜਕਾਂ 'ਤੇ ਨੇ, ਉਹਨਾਂ ਦਾ ਕੁਛ ਕਰ ਰਹੇ ਹਾਂ ਆਪਾਂ? ਬਿਲਕੁਲ, ਅਸੀਂ ਕਰ ਰਹੇ ਹਾਂ, ਆਉਣ ਵਾਲੇ ਸਮੇਂ 'ਚ ਇੱਕ ਸਬ ਕਮੇਟੀ ਵੀ ਬਣਾ ਕੇ ਅਸੀਂ ਕੁਛ ਸੋਚਾਂਗੇ ਕਿ ਕਿਵੇਂ ਨਾ ਕਿਵੇਂ ਇਸ ਦਾ ਹੱਲ ਹੋਵੇ।